ਐਸਐਸਪੀ ਸਾਹਿਬ ਬਰਨਾਲਾ ਸ੍ਰੀ ਸੰਦੀਪ ਮਲਕੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਜਿਹੜੇ ਮਾੜੇ ਅਨਸਰ ਨੇਗੇ ਲੁੱਟਾਂ ਖੋਹਾਂ ਕਰਦੇ ਨੇ ਉਹਨਾਂ ਦੇ ਖਿਲਾਫ਼ ਇੱਕ ਅਸੀਂ ਜਿਹੜਾ ਮੁਹਿੰਮ ਚਲਾਈ ਹੋਈ ਹੈ ਉਸ ਲੜੀ ਦੇ ਤਹਿਤ 25 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਸੋਨੀ ਨਿਹੰਗਾ ਜੋ ਕ੍ਰਿਮੀਨਲ ਬੰਦਾ ਗਾ ਪਹਿਲਾਂ ਵੀ ਉਹਦੇ 8 ਮੁਕੱਦਮੇ ਦਰਜ ਨੇ ਅਤੇ ਇੱਕ ਵਿਸ਼ਾਲ ਠੋਲੂ ਆ ਉਹਦੇ ਵੀ 4 ਮੁਕੱਦਮੇ ਦਰਜ ਨੇ ਵੀ ਇਹ ਲੁੱਟ ਖੋਹ ਕਰਨ ਦੇ ਇਰਾਦੇ ਨਾਲ ਜਿਹੜੇ ਹੈਗੇ ਇਕੱਠੇ ਹੋਏ ਹੋਏ ਨੇ ਇਸ 'ਤੇ ਸਾਡੀ ਪੁਲਿਸ ਟੀਮ ਨੇ ਥਾਣੇਦਾਰ ਗੁਰਵਰਤਨ ਸਿੰਘ ਸੀ ਆਈ ਦੀ ਟੀਮ ਸੀ ਇੱਕ ਉਹਨਾਂ ਦੀ ਇਕੱਠੇ ਨੇ ਇਹਨਾਂ ਨੇ ਇੱਕ ਰੇਡ ਕੀਤੀ ਇੱਥੇ 4 ਦੋਸ਼ੀ ਜਿਹੜੇ ਸੀ ਫੜ ਲਏ ਸੀਗੇ ਮੌਕੇ ਤੋਂ ਅਤੇ ਉਹਨਾਂ ਕੋਲੋਂ ਜਿਹੜੀ ਰਿਕਵਰੀ ਹੋਈ ਉਹਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 125 ਦਰਜ ਕਰਤਾ ਸੀਗਾ ਅਤੇ ਉਹਦੇ 'ਚ ਅੰਡਰ ਸੈਕਸ਼ਨ 399-402 25 ਆਰਮਜ਼ ਐਕਟ ਦੇ ਅੱਡੀ ਨੇ ਦਰਜ ਕੀਤਾ ਸੀਗਾ ਉਹਦੇ ਵਿੱਚ ਇਹਨਾਂ ਜਦੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਕੋਲੋਂ 9 ਮੋਟਰਸਾਈਕਲ ਅਸੀਂ ਰਿਕਵਰ ਕਰਵਾਏ ਨੇ ਇੱਕ ਸਕੂਟਰ ਆ 3 ਜਿੰਦਾ ਕਾਰਤੂਸ ਨੇ ਇੱਕ ਲੋਹੇ ਦਾ ਖੰਡਾ ਗਾ ਅਤੇ ਇੱਕ ਕਮਾਣੀਦਾਰ ਚਾਕੂ ਆ ਅਤੇ ਇੱਕ ਗੰਡਾਸਾ ਇਹ ਸਾਰੇ ਬੰਦੇ ਜਿਹੜੇ ਹੈਗੇ ਕ੍ਰਿਮੀਨਲ ਨੇ ਪਹਿਲਾਂ ਵੀ ਇਹ ਵੱਖ ਵੱਖ ਚੋਰੀ ਦੀਆਂ ਲੁੱਟ ਖੋਹ ਦੀਆਂ ਅਤੇ ਇਰਾਦਾ ਕਤਲ ਦੇ ਕੇਸਾਂ ਦੇ ਵਿੱਚ ਅੰਦਰ ਰਹੇ ਨੇ ਹਾਂ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਸੋਨੀ ਨਿਹੰਗਾ ਕ੍ਰਿਮੀਨਲ ਬੰਦਾ ਗਾ 8 ਜਿਹੜੇ ਇਹਦੇ ਪਰਚੇ ਲੁੱਟ ਖੋਹ ਦੇ ਚੋਰੀ ਦੇ ਇਰਾਦਾ ਕਤਲ ਦੇ ਇਹਦੇ ਦਰਜ ਨੇ ਗੇ 2 ਦਿਨ ਦਾ ਪੁਲਿਸ ਰਿਮਾਂਡ ਆ ਜੀ ਇਹਨਾਂ ਦਾ ਇਸ ਤੋਂ ਇਲਾਵਾ ਅਸੀਂ ਇੱਕ ਕ੍ਰਿਮੀਨਲ ਹੋਰ ਫੜਿਆ 17 ਤਰੀਕ ਨੂੰ ਇਸ ਮਹੀਨੇ ਦੇ ਨੇ ਗਲੀ ਨੰਬਰ 4 ਦੇ ਵਿੱਚ ਇੱਕ ਕਾਰ ਦੇ ਵਿੱਚੋਂ ਸ਼ੀਸ਼ਾ ਤੋੜ ਕੇ ਲੈਪਟਾਪ ਚੋਰੀ ਹੋ ਗਿਆ ਸੀਗਾ ਟੂਟੀਆਂ ਸਮਾਨ ਸੀਗਾ ਅਤੇ ਕੁਛ ਪਰਸ ਦੇ ਵਿੱਚ ਰੁਪਏ ਸੋ ਗਾਇਬ ਹੋ ਗਏ ਸੀਗੇ ਉਸਦੇ ਸੰਬੰਧ ਅਸੀਂ ਜਸਪ੍ਰੀਤ ਸਿੰਘ ਜੱਸੀ ਨੂੰ ਅਸੀਂ ਕਾਬੂ ਕੀਤਾ ਸੀਗਾ ਉਹਦੇ ਕਬਜ਼ੇ ਦੇ ਵਿੱਚੋਂ ਅਸੀਂ ਇਹ ਜਿਹੜਾ ਲੈਪਟਾਪ ਬਰਾਮਦ ਕਰਵਾ ਲਿਆ ਅਤੇ ਹੋਰ ਜਿਹੜਾ ਬਾਕੀ ਚੋਰੀ ਦਾ ਸਮਾਨ ਸੀਗਾ ਉਹ ਵੀ ਅਸੀਂ ਰਿਕਵਰ ਕਰਵਾ ਲਿਆ ਸੀਗਾ ਉਸ ਤੋਂ ਬਿਨਾਂ ਇੱਕ ਲੋਕਟ ਸੋਨੇ ਦਾ ਲੋਕਟ ਆ ਜਿਹੜਾ ਉਹ ਵੀ ਅਸੀਂ ਰਿਕਵਰ ਕਰਵਾਇਆ ਇਹਦਾ ਇੱਕ ਹੋਰ ਸਾਥੀ ਹੈਗਾ ਮੈਂ ਨਾਂ ਨਹੀਂ ਤੁਹਾਡੇ ਨਾਲ ਦੱਸਦਾ ਉਹ ਹਜੇ ਫਰਾਰ ਹੈਗਾ ਅਸੀਂ ਉਹਨੂੰ ਬਹੁਤ ਜਲਦੀ ਉਹਨੂੰ ਫੜ ਲਾਂਗੇ ਨਹੀਂ ਇਹ ਪਹਿਲਾ ਮੁਕੱਦਮਾ ਇਹਨਾਂ ਦਾ ਉਸ ਤੋਂ ਬਿਨਾਂ ਇੱਕ ਸਾਡਾ ਅਸੀਂ 2 ਦੋਸ਼ੀ ਹੋਰ ਫੜੇ ਨੇ 17 ਤਰੀਕ ਨੂੰ ਲੱਖੀ ਕਲੋਨੀ ਦੇ ਵਿੱਚ ਇੱਕ ਸਨੈਚਿੰਗ ਦੀ ਘਟਨਾ ਹੋਈ ਸੀਗੀ ਉਹਦੇ ਵਿੱਚ ਇੱਕ ਕੁੜੀ ਤੋਂ 2 ਜਿਹੜੇ ਹੈਗੇ ਮੋਟਰਸਾਈਕਲ ਸਵਾਰ ਸੀ ਜਿਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਮੋਬਾਈਲ ਖੋਹ ਕੇ ਲੈ ਗਏ ਸੀ ਉਹਨਾਂ ਨੂੰ ਵੀ ਅਸੀਂ ਕਾਬੂ ਕਰ ਲਿਆ ਉਸ ਸੰਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 122-25-23 ਦਰਜ ਰਜਿਸਟਰ ਕੀਤਾ ਗਾ ਉਸ ਦੇ ਵਿੱਚ ਜਿਹੜਾ ਖੋਹ ਹੋਇਆ ਮੋਬਾਈਲ ਆ ਵੀਵੋ ਦਾ ਉਹ ਵੀ ਅਸੀਂ ਰਿਕਵਰ ਕਰਵਾ ਲਿਆ ਅਤੇ 2 ਹੋਰ ਮੋਬਾਈਲ ਜਿਹੜੇ ਅਸੀਂ ਰਿਕਵਰ ਕਰਵਾਏ ਨੇ ਅਤੇ ਜਿਹੜੇ ਦੋਸ਼ੀ ਨੇ ਪਹਿਲਾਂ ਵੀ ਇਹਦੇ ਸਨੈਚਿੰਗ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਜੇਲ੍ਹ ਕੱਟ ਕੇ ਆਏ ਨੇ ਉਹਦੇ ਵਿੱਚ ਇੱਕ ਬਲਕਾਰ ਸਿੰਘ ਆ ਉਹ ਬੈਕ ਸਾਈਡ ਸਾਡੇ ਥਾਣੇ ਦੇ ਪਿੱਛੇ ਹੀ ਰਹਿੰਦਾ ਹੈਗਾ ਸਿਰੀ 2 ਦੇ ਅਤੇ ਇੱਕ ਲਵਪ੍ਰੀਤ ਸਿੰਘ ਹੈ ਫਰਵਾਹੀ ਦਾ ਇਹ ਦੋਨੇ ਹੁਣ ਪਿਛਲੇ ਮਹੀਨੇ ਇਹ ਆਏ ਸੀਗੇ ਅਤੇ ਦੁਬਾਰਾ ਇਹਨਾਂ ਨੇ ਫਿਰ ਜਿਹੜੀ ਹੈਗੀ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਇਸ ਤਰ੍ਹਾਂ ਅਸੀਂ ਮਾਣਯੋਗ ਐਸਐਸਪੀ ਸਾਹਿਬ ਸੰਦੀਪ ਮਲਕ ਜੀ ਅਤੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਦੀ ਅਗਵਾਈ ਵਿੱਚ ਇੱਦਾਂ ਹੀ ਅਸੀਂ ਜਿਹੜੇ ਮਾੜੇ ਅਨਸਰਾਂ ਨੂੰ ਕਾਬੂ ਕਰਦੇ ਰਹਾਂ